ਮਾਚੀਵੜਾ ਕੋਹਾੜਾ ਰੋਡ ਤੇ ਕਥਿਤ ਤਾਗਾ ਫੈਕਟਰੀ ਦੇ ਕਰਮਚਾਰੀਆਂ ਨੂੰ ਲੈ ਕੇ ਜਾ ਰਹੀ ਬੱਸ ਹਾਦਸੇ ਦਾ ਸ਼ਿਕਾਰ ਹੋਈ ਅਦਰਸਰ ਇਸ ਹਾਦਸੇ 'ਚ ਇੱਕ ਔਰਤ ਦੀ ਮੌਕੇ ਤੇ ਮੌਤ ਹੋ ਗਈ ਜਦਕਿ 13 ਲੋਕ ਜ਼ਖਮੀ ਹੋ ਗਏ ਨੇ ਦੱਸ ਦਿੰਨੇ ਕਿ ਇਹ ਬੱਸ 20 ਸਵਾਰੀਆਂ ਨਾਲ ਜਾ ਰਹੀ ਸੀ ਜਿਨ੍ਹਾਂ ਨੂੰ ਬੱਸ ਤਾਗਾ ਫੈਕਟਰੀ ਲੈ ਕੇ ਜਾ ਰਹੀ ਸੀ ਤੇ ਬੱਸ ਵਿੱਚ ਬੈਠੇ ਕਰਮਚਾਰੀਆਂ ਅਨੁਸਾਰ ਇੱਕਦਮ ਆਵਾਰਾ ਪਸ਼ੂ ਬੱਸ ਦੇ ਅੱਗੇ ਆ ਗਿਆ ਜਿਸ ਕਾਰਨ ਡਰਾਈਵਰ ਸੰਤੁਲਨ ਗਵਾ ਬੈਠਾ ਤੇ ਬੱਸ ਪਲਟ ਗਈ ਤਸਵੀਰਾਂ ਤੁਸੀਂ ਦੇਖ ਰਹੇ ਹੋ ਘਟਨਾ ਤੋਂ ਬਾਅਦ ਬੱਸ ਡਰਾਈਵਰ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਪਰ ਜੇਰੇ ਲਾਜ ਕਈ ਲੋਕ ਹਸਪਤਾਲ ਚ ਪਹੁੰਚਤੀ ਨਹੀਂ। ਲੋਕਾਂ ਨੇ ਕਹਿਣਾ ਲੱਗਾ ਇਹ ਕਿਉਂ ਆ ਗਈ ਪਤਾ ਨਹੀਂ ਹੋਣੇ ਅਸੀਂ ਤਾਂ ਪੰਜਾ ਸੀ ਅੱਛਾ ਜਰੂਰ ਪਹਿਲਾਂ ਚੱਲਦੇ ਆਂ। ਸ਼ੱਗ ਵੀ ਕੰਬੜੀ ਉੱਤੇ ਬੈਠੇ ਬੈਠਾ।